20 ਅਪ੍ਰੈਲ ਨੂੰ ਜੋ ਰਹਿਣ ਸਭਾਈ ਸਮਾਗਮ ਰੱਖੇ ਨੇ ਬਾਬਾ ਦੀਪ ਸਿੰਘ ਜੀ ਦੇ ਜਨਮ ਅਸਥਾਨ ਪਾਓ ਪਿੰਡ ਸਾਹਿਬ ਆਖੋ ਧੰਨ ਬਾਬਾ ਦੀਪ ਸਿੰਘ ਫਿਰ ਆਖੋ ਧੰਨ ਬਾਬਾ ਦੀਪ ਸਿੰਘ ਜਿਹੜੇ ਬਾਹਰ ਵਾਲੇ ਸੁਣਦੇ ਹੋ ਟਿਕਟਾਂ ਟੁਕਟਾਂ ਬੁੱਕ ਕਰਾ ਲਓ ਪਰਿਵਾਰਾਂ ਸਮੇਤ ਪਹੁੰਚਣਾ ਤੇ ਇੱਥੇ ਜਿਹੜੀਆਂ ਸੰਗਤਾਂ ਸੁਣਦੀਆਂ ਨੇ ਜੇ ਅੱਗੇ ਤੁਸੀਂ 10-10 ਪ੍ਰੇਮੀਆਂ ਨੂੰ ਲੈ ਕੇ ਆਉਂਦੇ ਉੱਥੇ 100-100 ਪ੍ਰੇਮੀਆਂ ਨੂੰ ਲੈ ਕੇ ਆਉਣਾ 200-200 ਪ੍ਰੇਮੀਆਂ ਨੂੰ ਆਪਣੇ ਦਸਵੰਦ ਵਿੱਚੋਂ ਬੱਸਾਂ ਬੁੱਕ ਕਰ ਲਓ ਗੱਡੀਆਂ ਬੁੱਕ ਕਰ ਲਓ ਜਿਵੇਂ ਵੀ ਤੁਸੀਂ ਆ ਸਕਦੇ ਹੋ ਨਾ 20 ਅਪ੍ਰੈਲ ਨੂੰ ਤਕਰੀਬਨ ਸ਼ਾਮੀ 4 ਵਜੇ ਤੱਕ ਪਹੁੰਚ ਜਾਣਾ ਤੇ ਲੰਗਰ ਪ੍ਰਸ਼ਾਦ ਛੱਕ ਕੇ ਸਾਰੀਆਂ ਸੰਗਤਾਂ ਨੇ ਫਿਰ ਚੌਂਕੜੇ ਮਾਰ ਕੇ ਬਹਿ ਜਾਣਾ ਕਿਉਂਕਿ ਕਾਫੀ ਵੱਡਾ ਉੱਥੇ ਹਾਲ ਹੈ 20-25 ਹਜ਼ਾਰ ਸਰੀਰ ਬਹਿ ਜਾਂਦਾ ਪਰ ਪਿਛਲੀ ਵਾਰੀ ਉਹ ਹਾਲ ਵੀ ਛੋਟਾ ਪੈ ਗਿਆ ਸੀ ਆਖੋ ਧੰਨ ਗੁਰੂ ਰਾਮਦਾਸ ਜੀ ਜਿੰਨੀ ਸੰਗਤ ਅੰਦਰ ਸੀ ਓਨੀ ਸੰਗਤ ਬਾਹਰ ਬੈਠੀ ਸੀ ਇੰਨਾ ਪ੍ਰਬੰਧ ਕਰਨਾ ਪੈ ਗਿਆ ਇਸ ਕਰਕੇ 4 ਵਜੇ ਦੇ ਕਰੀਬ ਕਰੀਬ ਸਾਰੀ ਸੰਗਤ ਪਹੁੰਚਿਓ ਲੰਗਰ ਪ੍ਰਸ਼ਾਦ ਛੱਕ ਕੇ ਸਭ ਨੇ ਫਿਰ ਚੌਂਕੜੇ ਮਾਰ ਕੇ ਮਹਾਰਾਜ ਜੀ ਦੀ ਕਿਰਪਾ ਨਾਲ ਬਹਿ ਜਾਣਾ 9 ਤੋਂ 3 ਵਜੇ ਤੱਕ ਰਹਿਣ ਸਭਾਈ ਦਾ ਸਮਾਂ ਹੋਏਗਾ 20 ਅਪ੍ਰੈਲ ਨੂੰ ਔਰ ਮੈਂ ਬਾਪੂ ਖੰਡੇ ਵਾਲੇ ਦੀ ਗੋਦੀ 'ਚ ਕਹਿ ਰਿਹਾ ਰਹਿਣ ਸਭਾਈ ਬਾਬਾ ਦੀਪ ਸਿੰਘ ਜੀ ਦੇ ਜਨਮ ਅਸਥਾਨ ਦੀ ਇੰਨੀ ਤਾਕਤ ਹੈ ਇੱਕ ਰਾਤ ਤੁਸੀਂ ਬਾਬਾ ਦੀਪ ਸਿੰਘ ਜੀ ਦੇ ਲੇਖੇ ਵਿੱਚ ਲਾ ਦਿਓ ਰਹਿਣ ਸਭਾਈ ਕੱਟ ਲਓ ਬਾਬਾ ਦੀਪ ਸਿੰਘ ਨੇ ਪਤਾ ਨੀ ਕਿੰਨੀਆਂ ਕੁ ਦੁੱਖਾਂ ਦੀਆਂ ਤੁਹਾਡੀਆਂ ਰਾਤਾਂ ਕੱਟ ਦੇਣੀਆਂ ਨੇ ਬੋਲੇ ਔਰ ਮੈਂ ਗੁਰੂ ਦੀ ਹਜ਼ੂਰੀ 'ਚ ਬੈਠਾ ਖਰਾ ਵਚਨ ਕਰ ਰਿਹਾ ਪਿਛਲੀ ਵਾਰੀ 2 ਸਰੀਰ ਮੈਨੂੰ ਮਿਲੇ ਸੀ ਵੀਲ ਚੇਅਰ ਦੇ ਉੱਤੇ ਜਦੋਂ ਮੈਂ ਅੰਦਰ ਐਂਟਰ ਹੋਣ ਲੱਗਾ ਸਾਂ ਬਾਬਾ ਦੀਪ ਸਿੰਘ ਜੀ ਦੇ ਅਸਥਾਨ ਤੇ ਰਹਿਣ ਸਭਾਈ ਲਈ ਪਿਛਲੀ ਵਾਰੀ ਹੋਈ ਸੀ 20 ਮਈ ਨੂੰ ਇਸ ਵਾਰੀ ਆ ਰਹੀ 20 ਅਪ੍ਰੈਲ ਨੂੰ ਤੇ ਜਦੋਂ ਮੈਂ ਐਂਟਰ ਹੋਣ ਲੱਗਾ 2 ਸਰੀਰ ਮੈਨੂੰ ਮਿਲੇ ਸੀ ਵੀਲ ਚੇਅਰ ਦੇ ਉੱਤੇ ਆ ਲੱਖ ਤੋਂ ਥਲਵਾਂ ਹਿੱਸਾ ਕੰਮ ਨਹੀਂ ਸੀ ਕਰਦਾ ਉਹਨਾਂ ਦਾ ਤੇ 1 ਦੀ ਤੇ ਸਾਡੇ ਤੱਕ ਰਿਪੋਰਟ ਆ ਗਈ ਦੂਜਿਆਂ ਨੇ ਸੰਪਰਕ ਨਹੀਂ ਕੀਤਾ ਬਾਬਾ ਦੀਪ ਸਿੰਘ ਜੀ ਨੇ ਕਿਰਪਾ ਕੀਤੀ ਬਖਸ਼ਿਸ਼ ਕੀਤੀ ਪਿਛਲੇ ਸਾਲ ਵੀਲ ਚੇਅਰ ਤੇ ਸੀ ਉਹ ਬੱਚਾ ਤੇ ਬਾਬਾ ਦੀਪ ਸਿੰਘ ਜੀ ਦੇ ਦਰ ਦੇ ਉੱਤੇ 1 ਰਾਤ ਰਹਿਣ ਸਭਾਈ ਕੱਟਣ ਦਾ ਸਦਕਾ ਉਹ ਆਪਣੇ ਪੈਰਾਂ 'ਤੇ ਖੜਾ ਹੋ ਗਿਆ ਬੋਲੇ ਸੋਨਿਹਾਲ ਕਰਾਮਾਤ ਜਿਹਨੇ ਵੇਖਣੀ ਹੈ ਨਾ ਉਹ ਬਾਬਾ ਦੀਪ ਸਿੰਘ ਜੀ ਦੇ ਦਰ ਦੇ ਉੱਤੇ ਜਨਮ ਅਸਥਾਨ ਦੇ ਉੱਤੇ ਆ ਕੇ ਪਾਓ ਪਿੰਡ ਸਾਹਿਬ ਰਹਿਣ ਸਭਾਈ ਕੱਟ ਲਿਓ ਦੁੱਧ ਵਾਲਿਆਂ ਨੂੰ ਦੁੱਧ ਮਿਲਣੇ ਨੇ ਪੁੱਤ ਵਾਲਿਆਂ ਨੂੰ ਪੁੱਤ ਮਿਲਣੇ ਜਿਨ੍ਹਾਂ ਦੇ ਕਾਰੋਬਾਰ ਰੁਕੇ ਪਏ ਬਾਪੂ ਨੇ ਉਹ ਚਲਾਉਣੇ ਨੇ ਬਰਕਤਾਂ ਪਾਉਣੀਆਂ ਨੇ ਜਿਨ੍ਹਾਂ ਦੇ ਵੀਜ਼ੇ ਵੂਜ਼ੇ ਨਹੀਂ ਲੱਗਦੇ ਉਹ ਲਵਾਉਣੇ ਜੋ ਕੁਝ ਮਰਜ਼ੀ ਲੈ ਲਓ ਤੇ ਸੱਚੀ ਗੱਲ ਰਹਿਣ ਸਭਾਈ ਕੱਟ ਕੇ ਜੇ ਬਾਬਾ ਦੀਪ ਸਿੰਘ ਨੂੰ ਮੰਗ ਲਓਗੇ ਬਾਬਾ ਦੀਪ ਸਿੰਘ ਵੀ ਤੁਹਾਡੇ ਨਾਲ ਹੀ ਤੁਰ ਪੈਣਗੇ ਗੂਗਲ ਦੇ ਉੱਤੇ ਪਾਓ ਪਿੰਡ ਸਾਹਿਬ ਭਰ ਲਓਗੇ ਉਹ ਵੀ ਆ ਜਾਏਗਾ ਜਿਹਨੂੰ ਕੁਝ ਨਾ ਸਮਝ ਆਵੇ ਕਿ ਕਿੱਥੇ ਪਹੁੰਚਣਾ ਕਿੱਥੇ ਜਾਣਾ ਉਹ ਦੁਪਹਿਰੀ 3 ਵਜੇ ਦੇ ਕਰੀਬ ਕਰੀਬ ਸਾਰੇ ਪ੍ਰੇਮੀ ਬੀਬੀ ਕੌਲਾਂ ਜੀ ਭਲਾਈ ਕੇਂਦਰ ਤਰਨ ਤਾਰਨ ਰੋਡ ਵਿਖੇ ਪਹੁੰਚ ਜਾਣ ਦੁਪਹਿਰੀ 3 ਵਜੇ 20 ਅਪ੍ਰੈਲ ਨੂੰ ਦੁਪਹਿਰੀ 3 ਵਜੇ ਬੀਬੀ ਕੌਲਾਂ ਜੀ ਭਲਾਈ ਕੇਂਦਰ ਤਰਨ ਤਾਰਨ ਰੋਡ ਵਿਖੇ ਸੰਗਤਾਂ ਪਹੁੰਚ ਜਾਣ ਉੱਥੋਂ ਫਿਰ ਬੱਸਾਂ ਤੁਹਾਨੂੰ ਪਾਓ ਪਿੰਡ ਸਾਹਿਬ ਲੈ ਵੀ ਜਾਣਗੀਆਂ ਵਾਪਸੀ ਤੇ ਛੱਡ ਵੀ ਦੇਣਗੀਆਂ ਇਹ ਜ਼ਰੂਰੀ ਬੇਨਤੀ ਹੈ ਇੱਕ ਦੂਜੇ ਨੂੰ ਮੈਸੇਜ ਕਰ ਦਿਓ 20 ਅਪ੍ਰੈਲ ਦੀਆਂ ਤਿਆਰੀਆਂ ਕਰ ਲਓ ਹੁਣ ਤੋਂ ਹੀ ਟਿਕਟਾਂ ਟੁਕਟਾਂ ਬੁੱਕ ਕਰਾ ਲਓ ਆਪਣੇ ਆਪਣੇ ਦੁੱਖਾਂ ਨੂੰ ਕਟਵਾਉਣ ਦਾ ਸਮਾਂ ਇਹ ਹੁਣ ਰਹਿਣ ਸਭਾਈ ਆ ਵੀ ਬੜੇ ਮਹੀਨਿਆਂ ਬਾਅਦ ਰਹੀ ਹੈ ਬਹੁਤ ਮਹੀਨਿਆਂ ਬਾਅਦ ਆਪਾਂ ਕਰਨੇ ਰਹਿਣ ਸਭਾਈ ਸਭ ਨੂੰ ਬੇਨਤੀ ਸਭ ਨੇ ਹਾਜ਼ਰੀਆਂ ਵੱਧ ਚੜ ਕੇ ਭਰਨੀਆਂ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ
ਪਿਆਰ ਨਾਲ ਸਾਰੇ ਆਖਣ ਜੀ ਧੰਨ ਬਾਬਾ ਦੀਪ ਸਿੰਘ ਜੀ, ਗੁਰੂ ਰਾਮਦਾਸ ਜੀ ਦਾ, ਬਾਬਾ ਦੀਪ ਸਿੰਘ ਸਾਹਿਬ ਜੀ ਦਾ ਸੰਗਤ ਰੂਪੀ ਪਰਿਵਾਰ, ਲਖਨਊ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਅਸਥਾਨ 'ਤੇ ਇਕੱਤਰਿਤ ਹੋਇਆ ਔਰ ਹੋ ਰਿਹਾ। ਸਾਰੇ ਪਰਿਵਾਰਕ ਮੈਂਬਰਾਂ ਨੂੰ ਮੈਂ ਅੱਜ ਦੀ ਪਰਿਵਾਰਕ ਮੀਟਿੰਗ ਦੇ ਵਿੱਚ ਜੀਆਂ ਆਖਦਾ। ਸਾਰੇ ਪਰਿਵਾਰਕ ਮੈਂਬਰਾਂ ਦੇ ਚਰਨਾਂ ਦੇ ਉੱਤੇ ਸਿਰ ਝੁਕਾ ਕੇ ਮੈਂ ਮੱਥਾ ਟੇਕ ਰਿਹਾ। ਮੇਰਾ ਟੇਕਿਆ ਹੋਇਆ ਮੱਥਾ ਕਰੋ ਪ੍ਰਮਾਨ, ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਯੂਟਿਊਬ ਦਾ ਲਿੰਕ ਤੁਹਾਡੇ ਤੱਕ ਪਹੁੰਚ ਚੁੱਕਿਆ, ਵੱਧ ਤੋਂ ਵੱਧ ਸੰਗਤ ਨੂੰ ਇਹ ਲਿੰਕ ਸ਼ੇਅਰ ਕਰੋ ਔਰ ਉਹਨਾਂ ਨੂੰ ਕਹੋ ਅੱਗੇ ਤੋਂ ਅੱਗੇ ਲਿੰਕ ਸ਼ੇਅਰ ਕਰਨ ਬਾਰੇ। ਔਰ ਜਿਨ੍ਹਾਂ ਨੇ ਅਜੇ ਤੱਕ ਸਾਡਾ ਯੂਟਿਊਬ ਚੈਨਲ ਭਾਈ ਅਮਨਦੀਪ ਸਿੰਘ ਜੀ ਓਫੀਸ਼ੀਅਲ ਚੈਨਲ ਸਬਸਕ੍ਰਾਈਬ ਨਹੀਂ ਕੀਤਾ, ਕਰ ਲਓ ਤਾਂ ਜੋ ਰੋਜ਼ਾਨਾ ਦੇ ਕੀਰਤਨਾਂ ਦੀ ਜਾਣਕਾਰੀ ਤੁਹਾਡੇ ਤੱਕ ਪਹਿਲਾਂ ਪਹੁੰਚ ਸਕੇ। ਆਓ ਮਨ ਬਿਰਤੀਆਂ ਨੂੰ ਟਿਕਾਓ, ਭਾਵਨਾ ਬਣਾਓ। ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਦੇ ਵਿੱਚ ਹਾਜ਼ਰ ਨਾਜ਼ਰ ਗੁਰੂ ਰਾਮਦਾਸ ਜੀ ਚੌਂਕੜਾ ਮਾਰ ਕੇ ਬੈਠੇ, ਚਰਨਾਂ ਦੇ ਵਿੱਚ ਬਾਬਾ ਦੀਪ ਸਿੰਘ ਸਾਹਿਬ ਬੈਠੇ ਨੇ। ਕੁਝ ਕਮੈਂਟ ਸਾਰੀ ਸੰਗਤ ਵਾਹਿਗੁਰੂ ਗੁਰਮੰਤਰ ਦੇ ਜਾਪ ਦੇ ਵਿੱਚ ਜੁੜੇ ਹੋਏ, ਕੋਈ ਰਸਨਾ ਮਾਂਝੀ ਨਾ ਰਹੇ ਜੀ। ਵਾਹਿਗੁਰੂ ਧੰਨਵਾਦ ਗੁਰੂ।
वाहे गुरु,
ਜੁਗਾਦ ਸਚ ਹੈ ਭੀ ਸਚ ਨਨ ਹੋਸੀ ਭੀ ਸਚ ਇੱਕ ਓਅੰਕਾਰ ਸਤ ਨਾਮ ਕਰਤਾ ਪੁਰਖ ਨਿਰਭਉ ਨਿਰਵੈ ਅਕਾਲ ਮੂਰਤ ਅਜੂਨੀ ਸਭ ਗੁਰ ਪ੍ਰਸਾਦ ਜਪ ਸਚ ਨਾਨ ਹੋਸੀ ਭੀ ਸਚ ਇੱਕ ਓਅੰਕਾਰ ਸਤ ਨਾਮ ਕਰਤਾ ਪੁਰਖ ਨਿਰਭਉ ਨਿਰਵੈ ਅਕਾਲ ਮੂਰਤ ਅਜੂਨੀ ਸਭ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨ ਹੋਸੀ ਭੀ ਸਚ ਇੱਕ ਓਅੰਕਾਰ ਅਜੂਨੀ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਇੱਕ ਓਅੰਕਾਰ ਸਤ ਨਾਮ ਕਰਤਾ ਪੁਰਖ ਨਿਰਭਉ ਨਿਰਵੈ ਅਕਾਲ ਮੂਰਤ ਅਜੂਨੀ ਸਭ ਗੁਰ ਪ੍ਰਸਾਦ ਜਪ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਵਾਹਿਗੁਰੂ 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 ਵਾਹਿਗੁਰੂ
ਇੱਕ ਬੜੀ ਜ਼ਰੂਰੀ ਬੇਨਤੀ ਕਰਕੇ
ਆਪਾਂ ਸਾਰੇ ਰਲ ਮਿਲ ਕੇ ਸ਼ਬਦ ਪੜ੍ਹਾਂਗੇ। ਕਿਸੇ ਨੌਜਵਾਨ ਨੇ ਇੱਕ ਬਜ਼ੁਰਗ ਦੇ ਕੋਲੋਂ ਸਵਾਲ ਕੀਤਾ, ਫੁੱਟਬਾਲ ਦੇ ਮੈਦਾਨ ਦੇ ਵਿੱਚ ਉਹਨੇ ਵੇਖਿਆ ਕਿ ਜਿਹੜਾ ਵੀ ਆਉਂਦਾ ਹੈ ਗੇਂਦ ਨੂੰ ਲੱਤ ਮਾਰਦਾ, ਫੁੱਟਬਾਲ ਨੂੰ ਲੱਤ ਮਾਰਦਾ। ਜਦੋਂ ਇਹ ਚੀਜ਼ ਵੇਖੀ ਤੇ ਉਸ ਸਮੇਂ ਨਾ ਇੱਕ ਬਜ਼ੁਰਗ ਦੇ ਕੋਲੋਂ ਇੱਕ ਨੌਜਵਾਨ ਨੇ ਸਵਾਲ ਕੀਤਾ, ਬਜ਼ੁਰਗੋ ਇਸ ਗੇਂਦ ਦੀ ਗਲਤੀ ਕੀ ਹੈ ਕਿ ਸਾਰੇ ਮਿਲ ਕੇ ਇਹਨੂੰ ਲੱਤਾਂ ਮਾਰ ਰਹੇ ਨੇ, ਇਹਦੀ ਗਲਤੀ ਕੀ ਹੈ? ਹੁਣ ਧਿਆਨ ਨਾਲ ਸੁਣਿਓ ਗੱਲ, ਉਹ ਤੇ ਇੱਕ ਖੇਡ ਹੈ ਪਰ ਸਵਾਲ ਕਰਨ ਵਾਲੇ ਤੋਂ ਵੀ ਬਲਿਹਾਰ ਜਾਈਏ ਤੇ ਜਵਾਬ ਦੇਣ ਵਾਲੇ ਤੋਂ ਵੀ ਬਲਿਹਾਰ ਜਾਈਏ। ਉਹ ਕੀ ਕਹਿੰਦਾ? ਕਹਿਣ ਲੱਗਾ ਕਿ ਬਜ਼ੁਰਗੋ ਦੱਸੋ ਇਸ ਗੇਂਦ ਦੀ ਗਲਤੀ ਕੀ ਹੈ ਕਿ ਸਾਰੇ ਰਲ ਕੇ ਇਹਨੂੰ ਲੱਤਾਂ ਮਾਰ ਰਹੇ ਨੇ। ਤੇ ਉਸ ਵੇਲੇ ਬਜ਼ੁਰਗ ਨੇ ਜਵਾਬ ਪਤਾ ਕੀ ਦਿੱਤਾ? ਕਹਿੰਦੇ ਬੇਟਾ, ਸਭ ਤੋਂ ਵੱਡੀ ਗਲਤੀ ਗੇਂਦ ਦੀ ਪਤਾ ਕੀ ਹੈ? ਇਹ ਅੰਦਰੋਂ ਖਾਲੀ ਹੈ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਇਹ ਅੰਦਰੋਂ ਖਾਲੀ ਹੈ ਤੇ ਜੇ ਕਿਤੇ ਅੰਦਰੋਂ ਭਰੀ ਹੁੰਦੀ ਨਾ, ਕਿਸੇ ਦੀ ਕੋਈ ਮਜਾਲ ਨਹੀਂ ਸੀ ਇਹਨੂੰ ਕੋਈ ਲੱਤ ਮਾਰ ਜਾਂਦਾ। ਪਤਾ ਹੈ ਭਰੀ ਹੋਈ ਚੀਜ਼ ਨੂੰ ਲੱਤ ਮਾਰਾਂਗੇ ਤੇ ਚੋਟ ਆਪਣੇ ਪੈਰ ਤੇ ਲੱਗਣੀ ਹੈ। ਇਹਦੀ ਸਭ ਤੋਂ ਵੱਡੀ ਗਲਤੀ ਕੀ ਹੈ? ਇਹ ਅੰਦਰੋਂ ਖਾਲੀ ਹੈ, ਖਾਲੀ। ਇਹ ਮੇਰੀ ਬੇਨਤੀ ਹੈ, ਅੱਜ ਜਿੰਨੇ ਅਸੀਂ ਬੈਠੇ ਹਾਂ ਨਾ, ਕੁਝ ਕੁ ਗੁਰਮੁਖ ਰੂਹਾਂ ਦੀ ਗਿਣਤੀ ਛੱਡ ਦੇ, ਉਹਨਾਂ ਦੀ ਮੈਂ ਗੱਲ ਨਹੀਂ ਕਰਦਾ, ਆਪਣੇ ਸਮੇਤ 75% ਮੇਰੇ ਸਮੇਤ ਸਾਡਾ ਇਹ ਹਾਲ ਹੈ ਪਿਆਰਿਓ। ਸਾਡੇ ਸਾਰਿਆਂ ਦੀ ਜ਼ੁਬਾਨ ਦੇ ਉੱਤੇ ਧਰਮ ਹੈ, ਜ਼ੁਬਾਨ ਦੇ ਉੱਤੇ, ਰਸਨਾ ਦੇ ਉੱਤੇ, ਪਰ ਪਿਆਰਿਓ ਅੰਦਰੋਂ ਤਕਰੀਬਨ ਅਸੀਂ ਸਾਰੇ ਖਾਲੀ ਹਾਂ। ਆਖੋ ਵਾਹਿਗੁਰੂ ਜੀ, ਖਾਲੀ ਹਾਂ, ਖਾਲੀ। ਇਹੋ ਹੀ ਕਾਰਨ ਹੈ ਕਿ ਅਸੀਂ ਹਰ ਵੇਲੇ ਕਿਸੇ ਨਾ ਕਿਸੇ ਜਾਲ ਵਿੱਚ ਫਸੇ ਰਹਿੰਦੇ ਹਾਂ, ਹਰ ਵੇਲੇ ਕਿਸੇ ਨਾ ਕਿਸੇ ਜਾਲ ਵਿੱਚ ਫਸ ਜਾਂਦੇ ਹਾਂ। ਕਦੀ ਕੋਈ ਸਾਨੂੰ ਲੱਤ ਮਾਰ ਜਾਂਦਾ, ਕਦੀ ਕੋਈ ਮਾਰ ਜਾਂਦਾ, ਕਦੀ ਕੋਈ ਘਰੇਲੂ ਤੌਰ ਤੇ ਲੱਤਾਂ ਮਾਰ ਜਾਂਦਾ, ਕਦੀ ਮਨ ਦੇ ਅੰਦਰੋਂ ਹੀ ਇਹੋ ਜਿਹੀਆਂ ਲਹਿਰਾਂ ਉੱਠਦੀਆਂ ਨੇ ਜਿਹੜੀਆਂ ਸਾਨੂੰ ਲੱਤਾਂ ਮਾਰਦੀਆਂ ਨੇ। ਸੱਚੀ ਗੱਲ ਇਹਨਾਂ ਦੇ ਕਾਰਨ ਇਹਦਾ ਇੱਕੋ ਹੀ ਹੈ ਕਿ ਅਸੀਂ ਖਾਲੀ ਹਾਂ। ਧਰਮ ਸਾਡੀ ਜ਼ੁਬਾਨ ਦੇ ਉੱਤੇ ਤੇ ਹੈ ਪਰ ਅੰਦਰੋਂ ਖਾਲੀ ਦੇ ਖਾਲੀ ਆ। ਖੁਦ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਹੁਣ ਕਈ ਕਹਿਣਗੇ ਜੀ ਅਸੀਂ ਤੇ ਕਿਰਪਾਨ ਪਾਈ ਹੈ, ਮੈਂ ਵੀ ਪਾਈ ਉੱਥੇ ਜੀ, ਅਸੀਂ ਤੇ ਧਰਮੀ ਬੰਦੇ ਆ, ਅਸੀਂ ਖਾਲੀ ਕਿਵੇਂ ਹੋ ਗਏ? ਅੰਮ੍ਰਿਤ ਛਕਣਾ ਚੰਗੀ ਗੱਲ ਹੈ, ਜ਼ਰੂਰ ਛਕਣਾ ਚਾਹੀਦਾ ਹੈ, ਜਿਨ੍ਹਾਂ ਨੇ ਨਹੀਂ ਛਕਿਆ ਛਕੋ। ਪਰ ਇੱਕ ਚੀਜ਼ ਹੈ, ਅੰਮ੍ਰਿਤ ਛਕਣ ਦੇ ਨਾਲ ਗੱਲ ਖਤਮ ਨਹੀਂ ਹੋਈ, ਗੱਲ ਤੇ ਸ਼ੁਰੂ ਹੋਈ ਹੈ। ਇਹ ਤੇ ਸਕੂਲ ਵਿੱਚ ਤੂੰ ਦਾਖਲਾ ਲਿਆ, ਵਰਦੀ ਪਾ ਲਈ ਹੈ ਤੇ ਜਦ ਤੱਕ ਪੜ੍ਹਾਈ ਨਹੀਂ ਕਰੇਗਾ ਨਾ, ਉਦੋਂ ਤੱਕ ਤੇਰੇ ਅੰਦਰਲਾ ਖਾਲੀਪਨ ਕਦੀ ਵੀ ਭਰ ਨਹੀਂ ਸਕਦਾ। ਮੈਂ ਫਿਰ ਦੁਹਰਾ ਰਿਹਾ, ਜਦ ਤੱਕ ਪੜ੍ਹਾਈ ਨਹੀਂ ਕਰਾਂਗੇ ਉਦੋਂ ਤੱਕ ਸਾਡੇ ਅੰਦਰਲਾ ਖਾਲੀਪਨ ਭਰ ਨਹੀਂ ਸਕਦਾ। ਖਾਲੀਪਨ ਭਰਨਾ
ਤੇ ਸੰਗਤ ਕਰਿਆ ਕਰੋ। ਆਹ ਜਿਹੜੀ ਸੰਗਤ ਵਿੱਚ ਹੁਣ ਬੈਠੇ ਆ ਨਾ, ਆ ਜਦੋਂ ਸਤ ਸੰਗਤ ਕਰਦੇ ਆ ਖਾਲੀਪਨ ਭਰਨਾ ਸ਼ੁਰੂ ਹੋ ਜਾਂਦਾ। ਮੈਂ ਕਈ ਤੁਹਾਨੂੰ ਹਜ਼ਾਰਾਂ ਨਹੀਂ ਲੱਖਾਂ ਪਰਿਵਾਰ ਇਹੋ ਜਿਹੇ ਮਿਲਾ ਸਕਦਾ ਜਿਹੜੇ ਇਹ ਕਹਿੰਦੇ ਨੇ ਜਦੋਂ ਦਾ ਅਸੀਂ 3 ਤੋਂ 4 ਜਾਂ ਰਾਤੀ 10 ਤੋਂ 11 PTC ਸਿਮਰਨ ਦੇ ਮਾਧਿਅਮ ਰਾਹੀਂ ਜੁੜਨਾ ਸ਼ੁਰੂ ਕਰਤਾ, ਸਾਡੀਆਂ ਕਈ ਤਰ੍ਹਾਂ ਦੀਆਂ ਜੋ ਅੰਦਰ ਹਿਲਜੁਲਾਂ ਸੀ ਨਾ, ਕਈ ਤਰ੍ਹਾਂ ਦਾ ਖਾਲੀਪਨ ਸੀ, ਡਿਪਰੈਸ਼ਨ ਵੀ ਸੀ, ਗੁਰੂ ਪਿਤਾ ਜੀ ਨੇ ਕਿਰਪਾ ਕੀਤੀ, ਉਹ ਖਾਲੀਪਨ ਸਾਡਾ ਭਰਨਾ ਸ਼ੁਰੂ ਕਰਤਾ। ਆਖੋ ਧੰਨ ਗੁਰੂ ਰਾਮਦਾਸ ਜੀ। ਇਹ ਖਾਲੀਪਨ ਭਰਦਾ ਸੰਗਤ ਕਰਨ ਦੇ ਨਾਲ, ਖਾਲੀਪਨ ਭਰਦਾ ਜਦੋਂ ਸੰਗਤ ਵਿੱਚ ਬਹਿ ਕੇ ਤੂੰ ਸਿਮਰਨ ਕਰਦਾ। ਜਿਵੇਂ ਹੁਣੇ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰ ਰਹੇ ਸਨ, ਕਿੰਨਾ ਆਨੰਦਮਈ ਮਾਹੌਲ ਬਣਿਆ ਸੀ। ਇਉਂ ਲੱਗ ਰਿਹਾ ਸੀ ਜਿਵੇਂ ਤੁਸੀਂ ਇਕੱਲੇ ਸਿਮਰਨ ਨਹੀਂ ਕਰ ਰਹੇ, ਆ ਜਿਨ੍ਹਾਂ ਦੇ ਅਸਥਾਨ ਤੇ ਬੈਠੇ ਹਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ, ਇਉਂ ਪ੍ਰਤੀਤ ਹੋ ਰਿਹਾ ਸੀ ਜਿਵੇਂ ਤੁਹਾਡੇ ਇੱਕ ਇੱਕ ਦੇ ਅੰਦਰ ਬਹਿ ਕੇ ਗੁਰੂ ਤੇਗ ਬਹਾਦਰ ਵੀ ਸਿਮਰਨ ਕਰ ਰਹੇ ਹੋਣ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ। ਇਹ ਮੇਰੀ ਬੇਨਤੀ ਏ, ਜ਼ੁਬਾਨ ਦੇ ਉੱਤੇ ਧਰਮ ਹੈ ਸਾਡੇ ਸਾਰਿਆਂ ਦੇ, ਮੇਰੇ ਸਮੇਤ, ਮੈਂ ਆਪਣੀ ਗੱਲ ਕਰ ਰਿਹਾ, ਤੁਹਾਡਾ ਤੁਹਾਨੂੰ ਪਤਾ, ਪਰ ਪਿਆਰੇ ਉਹ ਅੰਦਰੋਂ ਖਾਲੀ ਆ ਤੇ ਇਹ ਖਾਲੀਪਨ ਭਰਦਾ ਸੰਗਤ ਕਰਕੇ, ਇਹ ਖਾਲੀਪਨ ਭਰਦਾ ਸਿਮਰਨ ਕਰਕੇ, ਇਹ ਖਾਲੀਪਨ ਭਰਦਾ ਸੇਵਾ ਕਰਕੇ, ਸੇਵਾ। ਆਖੋ ਧੰਨ ਗੁਰੂ ਰਾਮਦਾਸ ਜੀ। ਫਿਰ ਹੋਏਗਾ ਪਤਾ ਕੀ, ਜਦੋਂ ਇਹ ਖਾਲੀਪਨ ਭਰਨਾ ਸ਼ੁਰੂ ਹੋਏਗਾ ਨਾ, ਫਿਰ ਕਿਸੇ ਵੀ ਪਰਿਸਥਿਤੀ ਦਾ ਅਸਰ ਸਾਡੇ ਮਨ ਦੇ ਉੱਤੇ ਨਹੀਂ ਹੋਏਗਾ, ਟੈਨਸ਼ਨ ਨਹੀਂ ਕਦੀ ਦਿਮਾਗ ਤੇ ਆਏਗੀ, ਦਿਮਾਗ ਦੇ ਉੱਤੇ ਬੋਝ ਨਹੀਂ ਪਏਗਾ। ਕਿਉਂ? ਜਿਹੜਾ ਬੋਝ ਲਾਉਣ ਵਾਲਾ ਸਿਮਰਨ ਕਰ ਕਰਕੇ, ਸੇਵਾ ਕਰ ਕਰਕੇ ਮੇਰੀ ਯਾਰੀ ਤੇ ਉਹਦੇ ਨਾਲ ਲੱਗ ਗਈ ਹੈ, ਫਿਰ ਮੈਨੂੰ ਟੈਨਸ਼ਨ ਲੈਣ ਦੀ ਕੀ ਲੋੜ? ਜਿਹਦਾ ਬਾਪ ਵੱਡਾ ਹੋਵੇ ਨਾ, ਬਾਪ ਵੱਡਾ ਹੋਵੇ, ਕਦੀ ਨੋਟ ਕਰਨਾ, ਆ ਰੈੱਡ ਲਾਈਟ ਹੈ ਨਾ ਤੁਹਾਡੇ ਲਖਨਊ 'ਚ ਵੀ ਲੱਗੀਆਂ, ਹਰ ਸ਼ਹਿਰ 'ਚ ਲੱਗੀਆਂ ਹੁੰਦੀਆਂ। ਜਿਹਦਾ ਪਿਓ ਵੱਡਾ ਹੋਵੇ, ਸਰਕਾਰੇ ਦਰਬਾਰੇ ਪਹੁੰਚ ਹੋਵੇ ਨਾ, ਕਈ ਵਾਰੀ ਰੈੱਡ ਲਾਈਟ ਦੀ ਵੀ ਪਰਵਾਹ ਨਹੀਂ ਕਰਦਾ, ਕਰਨੀ ਚਾਹੀਦੀ ਹੈ। ਮੈਂ ਇਹ ਨਹੀਂ ਕਹਿ ਰਿਹਾ ਨਾ ਕਰੋ, ਜਿਹੜੀ ਮੈਂ ਗੱਲ ਕਰਨ ਲੱਗਾ ਸੁਣਿਓ, ਡਿਸਿਪਲਿਨ 'ਚ ਰਹਿਣਾ, ਅਨੁਸ਼ਾਸਨ 'ਚ ਰਹਿਣਾ। ਜਦੋਂ ਸੜਕ ਦੇ ਨਿਯਮਾਂ ਦੀ ਪਾਲਣਾ ਕਰੋਗੇ, ਐਕਸੀਡੈਂਟ ਤੋਂ ਬਚੋਗੇ। ਪਰ ਕਈ ਵਾਰੀ ਆਮ ਤੌਰ 'ਤੇ ਵੇਖਣ 'ਚ ਆਉਂਦੀ ਗੱਲ, ਰੈੱਡ ਲਾਈਟ ਬੰਦਾ ਕਰੋਸ ਕਰ ਦਿੰਦਾ, ਅਤੇ ਜੇ ਕਿਤੇ ਪੁਲਿਸ ਵਾਲਾ ਘੇਰਾ ਵੀ ਪਾ ਲਵੇ ਨਾ, ਅੱਜ ਹਰੇਕ ਬੰਦੇ ਦੀ ਜੇਬ 'ਚ ਮੋਬਾਈਲ ਪਤਾ ਕੀ ਕਰਦਾ, ਉਸੇ ਵੇਲੇ ਨੰਬਰ ਮਿਲਾਉਣਾ ਸ਼ੁਰੂ ਕਰ। ਆਹ ਗੱਲ ਕਰਿਓ ਜੀ, ਇੱਦਾਂ ਹੀ ਹੁੰਦਾ ਨਾ, ਆਹ ਗੱਲ ਕਰਿਓ ਜੀ। ਹੁਣ ਜਦੋਂ ਗੱਲ ਹੋ ਗਈ, ਉਹ ਜਿਹੜੇ ਟ੍ਰੈਫਿਕ ਵਾਲੇ ਨੇ ਮਜਬੂਰਨ ਉਹਨਾਂ ਨੂੰ ਛੱਡਣਾ ਪੈਂਦਾ। ਇੱਕ ਦੁਨਿਆਵੀ ਬੰਦਾ ਹੈ, ਉਹਦੀ ਸਰਕਾਰੇ ਦਰਬਾਰੇ ਪਹੁੰਚੇ, ਤੇ ਪਿਆਰੇ ਉਹ ਕਿਸੇ ਚੀਜ਼ ਦੀ ਪਰਵਾਹ ਨਹੀਂ ਕਰਦਾ, ਤੇ ਜਿਹਦੀ ਯਾਰੀ ਉਹਦੇ ਨਾਲ ਲੱਗੀ ਹੋਵੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਇਹ ਨਹੀਂ ਕਿ ਉਹ ਅਹੰਕਾਰ ਵਿੱਚ ਤੁਰਦਾ ਹੈ, ਪਰਵਾਹ ਨਾ ਕਰਨ ਦਾ ਮਤਲਬ ਪਤਾ ਕੀ, ਉਹ ਕਿਸੇ ਦੀ ਅਧੀਨਗੀ ਬਰਦਾਸ਼ਤ ਨਹੀਂ ਕਰਦਾ, ਅਧੀਨ ਨਹੀਂ ਹੈ, ਅਧੀਨ ਨਹੀਂ ਉਹ, ਫਿਰ ਪਰਵਾਹ ਨਾ ਹੀ ਕਿਸੇ ਕੇਰੀ ਬਾਜ ਸੱਚੇ ਨਾ। ਸਤਿਕਾਰ ਸਭ ਦਾ ਕਰਦਾ, ਸਨਮਾਨ ਸਭ ਨੂੰ ਦਿੰਦਾ, ਪਰ ਕਿਸੇ ਦੀ ਅਧੀਨਗੀ ਵਿੱਚ ਨਹੀਂ ਆਉਂਦਾ। ਕਿਉਂ? ਕਿਉਂਕਿ ਯਾਰੀ ਵੱਡੇ ਨਾਲ ਲੱਗ ਗਈ, ਜਾਂ ਤੂੰ ਮੇਰੇ ਵੱਲ ਹੈ,
ਤਾਂ ਕਿਆ ਮੋਸ਼ੰਦਾ ਤੁਧ ਸਭ ਕਿਛ ਮੈਨੂੰ ਸੋਪਿਆ। ਸਾਰੇ ਬੋਲੋ ਜਾਨ ਤੇਰਾ ਬੰਦਾ, ਲਖਮੀ ਤੋਟ ਨਾ ਆਵੇ ਖਾਏ ਖਰਚ ਰਹੰਦਾ, ਲੱਖ ਚੌਰਾਸੀ ਮੇਦ ਨੇ ਸਭ ਸੇਵ ਕਰੰਦਾ, ਇਹ ਵੈਰੀ ਮਿੱਤਰ ਸਭ ਕੀਤੇ ਆ ਮੈਂ ਮੰਗੇ ਬੰਦਾ। ਫਿਰ ਧਰਮ ਰਾਜ ਦਾ ਵੀ ਡਰ ਨਹੀਂ ਰਹਿ ਜਾਂਦਾ, ਲੇਖਾ ਗੋਏ ਨਾ ਪੁੱਛੇ ਜਾਂ ਹਰ ਬਖਸ਼ੰਦਾ, ਆਨੰਦ ਭਇਆ ਸੁਖ ਪਾਇਆ ਮਿਲ ਗੁਰ ਗੋਬਿੰਦਾ, ਸਾਰੇ ਬੋਲੋ ਸਭੇ ਕਾਜ ਸਵਾਰੀਆ ਜਾਂ ਤੁਧ ਪਹਾਵੰਦਾ। ਇਹ ਮੇਰੀ ਬੇਨਤੀ ਹੈ, ਖਾਲੀ ਪਨ ਭਰਦਾ ਸੰਗਤ ਕਰਕੇ, ਸੇਵਾ ਕਰਕੇ, ਸਿਮਰਨ ਕਰਕੇ, ਫਿਰ ਕਿਸੇ ਵੀ ਪਰਿਸਥਿਤੀ ਦਾ ਪ੍ਰਭਾਵ ਸਾਡੇ ਮਨ ਦੇ ਉੱਤੇ, ਸਾਡੀ ਆਤਮਾ ਦੇ ਉੱਤੇ ਨਹੀਂ ਪੈਂਦਾ। ਤੇ ਫਿਰ ਜਿਉਂ ਜਿਉਂ ਬੰਦਾ ਸੇਵਾ ਕਰਦਾ, ਸਿਮਰਨ ਕਰਦਾ, ਬੰਦਗੀ ਦਾ ਪੈਰਾ ਵਧਾਉਂਦਾ, ਤਿਉਂ ਤਿਉਂ ਆਪਣੇ ਮਾਲਕ ਦੀ ਨੇੜਤਾ ਪ੍ਰਾਪਤ ਕਰੀ ਜਾਂਦਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਓਰ ਨਾਲ ਆਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ। ਖਾਲੀਪਨ ਭਰੀਏ ਜੀ, ਖਾਲੀਪਨ, ਇਹ ਮੇਰੀ ਬੇਨਤੀ ਹੈ, ਵੱਧ ਤੋਂ ਵੱਧ ਸੇਵਾ ਕਰੋ, ਅੰਮ੍ਰਿਤ ਵੇਲਾ ਸੰਭਾਲੋ, ਬਾਣੀ ਨਾਲ ਜੁੜੋ, ਅੰਮ੍ਰਿਤ ਵੇਲੇ ਨਾਲ ਜੁੜੋ, ਅੰਮ੍ਰਿਤ ਦੀ ਦਾਤ ਨਾਲ ਜੁੜੋ, ਸੰਗਤ ਦੇ ਨਾਲ ਜੁੜੋ, ਖਾਲੀਪਨ ਆਪਣਾ ਭਰਨਾ ਸ਼ੁਰੂ ਕਰੋ। ਆਪ ਸਵਰੋ, ਪਰਿਵਾਰ ਸਵਾਰੋ, ਸਾਰੇ ਆਖੋ ਸਮਾਜ ਆਪੇ ਹੀ ਸਵਰ ਜਾਏਗਾ। ਪਿਆਰ ਨਾਲ ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਮੈਂ ਭਾਈ ਗੁਰਦਾਸ ਜੀ ਦੀ ਮੁਬਾਰਕ ਮਿੱਠੀ ਰਸਨਾ ਤੋਂ ਨਿਕਲੇ ਹੋਏ ਬੋਲ ਪੜ੍ਹਨ ਲੱਗਾ। ਇਹਨਾਂ ਬੋਲਾਂ ਦੇ ਵਿੱਚੋਂ ਤੁਹਾਨੂੰ ਮਨੁੱਖਤਾ ਦੀ ਸੇਵਾ ਦੀ ਖੁਸ਼ਬੂ ਆਏਗੀ, ਇਹਨਾਂ ਬੋਲਾਂ ਦੇ ਵਿੱਚੋਂ ਤੁਹਾਨੂੰ ਗੁਰਸਿੱਖਾਂ ਦੀ ਰੰਗ ਰਤੜਿਆਂ ਦੀ ਸੇਵਾ ਦੀ ਖੁਸ਼ਬੂ ਆਏਗੀ, ਇਹਨਾਂ ਬੋਲਾਂ ਦੇ ਵਿੱਚੋਂ ਤੁਹਾਨੂੰ ਆ ਰੰਗ ਰਤੜੀਆਂ ਸੰਗਤਾਂ ਦੀ ਸੇਵਾ ਦੀ ਖੁਸ਼ਬੂ ਆਏਗੀ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨੇ ਜੀ ਧੰਨ ਬਾਬਾ। ਭਾਈ ਗੁਰਦਾਸ ਜੀ ਦਾ ਇਹ ਬਚਨ ਪੜ੍ਹਨ ਲੱਗੇ ਆ, ਜਿਨ੍ਹਾਂ ਨੇ ਗੁਰਬਾਣੀ ਡਾਊਨਲੋਡ ਕੀਤੀ ਮੋਬਾਈਲਾਂ 'ਚ, ਬੇਸ਼ੱਕ ਇਹ ਕੱਢ ਲਓ, ਪੰਚ ਬਾਰ ਗੰਗ ਜਾਏ, ਬਾਰ ਪੰਚ ਪ੍ਰਾਗ ਨਹਾਏ, ਤੈਸਾ ਪੁੰਨ ਏਕ ਗੁਰ ਸਿੱਖ ਕੋ ਨਵਾਏ ਕਾ। ਜਿਨ੍ਹਾਂ ਨੇ ਗੁਰਬਾਣੀ ਡਾਊਨਲੋਡ ਕੀਤੀ ਬੇਸ਼ੱਕ ਇਹ ਮੋਬਾਈਲਾਂ ਵਿੱਚ ਕੱਢ ਲਓ, ਉਦਾਂ ਮੋਬਾਈਲ ਕਰਨੇ ਸੁਣਨੇ ਨਹੀਂ, ਕੋਈ ਫੇਸਬੁੱਕਾਂ ਵਟਸਐਪ ਨਹੀਂ ਚਲਾਉਣੀਆਂ, ਤੇ ਇਹ ਜੇ ਸ਼ਬਦ ਪੜ੍ਹਨ ਲਈ ਕੱਢਣਾ ਚਾਹੋ ਬੇਸ਼ੱਕ ਕੱਢ ਲਓ, ਕੋਈ ਗੱਲ ਨਹੀਂ, ਗੁਰੂ ਕਿਰਪਾ ਕਰੇ ਸੇਵਾ ਲਵੇ। ਸਾਰੀ ਸੰਗਤ ਸਿੱਧੀ ਦੀ ਲੈਅ ਵਿੱਚ ਮੈਂ ਬੋਲਣਾ, ਤੇ ਸਾਰੇ ਮੇਰੇ ਨਾਲ ਨਾਲ ਬੋਲਿਓ। ਅੱਜ ਮਨੁੱਖਤਾ ਦੀ ਸੇਵਾ ਦੇ ਵੱਲ ਸਾਡਾ ਕਦਮ ਵਧਾਉਣ ਲੱਗੇ ਨੇ ਭਾਈ ਗੁਰਦਾਸ ਜੀ, ਮਨੁੱਖਤਾ ਦੀ ਸੇਵਾ ਵੱਲ ਸਾਡਾ ਕਦਮ ਵਧਾਉਣ ਲੱਗੇ ਨੇ ਇਹ ਰੰਗ ਰਤੜੇ ਭਾਈ ਗੁਰਦਾਸ ਜੀ, ਜਿਨ੍ਹਾਂ ਦੀ ਬਾਣੀ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਕੁੰਜੀ ਦਾ, ਚਾਬੀ ਦਾ ਦਰਜਾ ਮਿਲਿਆ। ਜਿੰਦਰਾ ਹੋਵੇ ਬੰਦ, ਚਾਬੀ ਨਾਨਾ ਹੋਵੇ, ਚਾਬੀ ਤੋਂ ਬਿਨਾਂ ਜਿੰਦਰਾ ਨਹੀਂ ਖੁੱਲਦਾ। ਭਾਈ ਗੁਰਦਾਸ ਜੀ ਦੀਆਂ ਵਾਰਾਂ ਪੜ੍ਹ ਕੇ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਪੜ੍ਹਦੇ ਹੋ ਨਾ, ਫਿਰ ਗੁਰੂ ਗ੍ਰੰਥ ਸਾਹਿਬ ਜੀ ਦੇ ਅਨਮੋਲ ਖਜ਼ਾਨਿਆਂ ਤੋਂ ਹੋਰ ਲਾਭ ਉਠਾ ਸਕਦੇ ਹਾਂ ਆਪਾਂ। ਇਹ ਬਾਣੀ ਨੂੰ ਦਰਜਾ ਮਿਲਿਆ, ਭਾਈ ਗੁਰਦਾਸ ਜੀ ਦੀ ਬਾਣੀ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਕੁੰਜੀ ਦਾ। ਆਓ ਇਹ ਕੁੰਜੀ ਦੇ ਰਾਹੀਂ ਅੱਜ ਕਿਹੜਾ ਜਿੰਦਰਾ ਖੋਲਣ ਦਾ ਯਤਨ ਕਰ ਰਹੇ ਭਾਈ ਗੁਰਦਾਸ ਜੀ, ਕਰਿਓ ਕਿਰਪਾ ਪਿਆਰ ਨਾਲ। ਪੰਚ ਬਾਰ ਗੰਗ
ਅੱਗੇ ਜਾਏ ਬਾਰ ਪੰਚ ਪ੍ਰਾਗ ਨਾਏ ਤੈਸਾ ਪੁੰਨ ਏਕ ਗੁਰ ਸਿੱਖ ਕੋ ਨਵਾਏਕਾ ਤੈਸਾ ਪੁੰਨ ਏਕ ਗੁਰ ਸਿੱਖ ਕੋ ਨਵਾਏਕਾ ਪੰਜ ਬਾਰ ਗੰਗ ਜਾਏ ਬਾਰ ਪੰਚ ਪ੍ਰਾਗ ਨਾਏ ਬੋਲੋ ਪੰਜ ਬਾਰ ਗੰਗ ਜਾਏ ਬਾਰ ਪੰਚ ਪ੍ਰਾਗ ਨਾਏ ਤੈਸਾ ਪੁੰਨ ਏਕ ਗੁਰ ਸਿੱਖ ਕੋ ਨਵਾਏਕਾ ਤੈਸਾ ਪੁੰਨ ਏਕ ਗੁਰ ਸਿੱਖ ਕੋ ਨਵਾਏਕਾ ਪੰਜ ਬਾਰ ਗੰਗ ਜਾਏ ਬਾਰ ਪੰਚ ਪ੍ਰਾਗ ਨਾਏ ਪੰਜ ਬਾਰ ਗੰਗ ਜਾਏ ਬਾਰ ਪੰਚ ਪ੍ਰਾਗ ਨਾਏ ਤੈਸਾ ਪੁੰਨ ਏਕ ਗੁਰ ਸਿੱਖ ਕੋ ਨਵਾਏਕਾ ਤੈਸਾ ਪੁੰਨ ਸਿੱਖ ਕੌਣ ਵਾਏਕਾ ਪੰਜ ਬਾਰ ਗੰਗ ਜਾਏ ਬਾਰ ਪੰਚ ਪ੍ਰਾਗ ਨਾਏ ਪੰਜ ਬਾਰ ਗੰਗ ਜਾ
ਸਾਰੇ ਆਖਣ ਜੀ ਧੰਨ ਬਾਬਾ ਸ਼ਬਦ ਸਿਖਾਏ ਕਾ ਤੈਸਾ ਪੁੰਨ ਸਿੱਖ ਕੋ ਇੱਕ ਸ਼ਬਦ ਸਿਖਾਏ ਕਾ ਪੰਜ ਵਾਰ ਗੰਗੇ ਜਾਏ ਵਾਰ ਪੰਜ ਪ੍ਰਾਗ ਲਾਏ ਪੰਜ ਵਾਰ ਗੰਗੇ ਜਾਏ ਸਾਰੇ ਵਾਰ ਪੰਜ ਪ੍ਰਾਗ ਸਿੱਖ ਕੌਣ ਵਾਏ ਕਾ ਤੈਸਾ ਪੁੰਨ ਏਕ ਗੋਰ ਸਿੱਖ ਕੌਣ ਵਾਏ ਕਾ ਪੰਜ ਵਾਰ ਗੰਗੇ ਜਾਏ ਸਿੱਖ ਕੌਣ ਵਾਏ
ਸਾਪੋਨ ਕੌਣ ਸਿੱਖ ਕੌਣ ਪਾਏਗਾ ਪੈਰੀ ਪੈ ਗੁਰ ਸਿੱਖ ਪੈਰ ਤੂੰ ਆਇਆ ਅੰਮ੍ਰਿਤ ਵਾਣੀ ਚੱਖ ਮਨ ਵਸ ਆਇਆ ਪਾਣੀ ਪੱਖਾਂ ਪੀ ਮੱਠ ਚੁਕਾਇਆ ਗੁਰਬਾਣੀ ਸੁਣ ਸਿੱਖ ਲਿਖ ਲਿਖਾਇਆ ਨਾਮ ਦਾਨ ਇਸਨਾਨ ਕਰਮ ਕਮਾਇਆ ਨਿਵ ਚੱਲਣ ਮਿੱਠ ਬੋਲ ਕਾਲ ਖਵਾਇਆ ਪੈਰੀ ਪੈ ਗੁਰ ਸਿੱਖ ਪੈਰ ਤੂੰ ਆਇਆ ਪੰਜ ਬਾਰ ਗੰਗ ਜਾਏ ਬਾਰ ਪੰਜ ਪ੍ਰਾਗ ਨਾਏ ਪੰਜ ਬਾਰ ਗੰਗ ਜਾਏ ਬਾਰ ਪੰਜ ਪ੍ਰਾਗ ਨਾਏ ਗੁਰਸਿੱਖੀ ਪਾਣਾ ਮੰਨਿਆ ਗੁਰ ਪੂਰਾ ਪਾਰ ਲੰਘਾਏ ਸਿੱਖਾ ਕੀ ਖਰ ਤੂੜਦੇ ਗੁਰ ਸਿੱਖਾ ਕੀ ਖਰ ਤੂੜਦੇ ਓ ਗੁਰ ਸਿੱਖਾ ਕੀ ਖਰ ਤੂੜਦੇ ਹਮ ਪਾਪੀ ਪੀ ਗਤ ਜਿਨਕੇ ਚੋਲੇ ਰਤਣੇ ਪਿਆਰੇ ਜਿਨਕੇ ਚੋਲੇ ਰਤਣੇ ਪਿਆਰੇ ਚੋਲੇ ਰਤਣੇ ਪਿਆਰੇ ਜਿਨਕੇ ਚੋਲੇ ਰਤਣੇ ਪਿਆਰੇ ਧੰਤਨ ਬਾਬਾ ਦੀਪ ਸਿੰਘ ਜੀ 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 ਚੋਲੇ ਰਤੜੇ ਪਿਆਰੇ ਜਿਨਕੇ ਚੋਲੇ ਰਤੜੇ ਪਿਆਰੇ ਓ ਜਿਨਕੇ ਚੋਲੇ ਰਤੜੇ ਪਿਆਰੇ ਜਿਨਕੇ ਚੋਲੇ ਰਤੜੇ ਪਿਆਰੇ ਬਾਬਾ ਦੀਪ ਸਿੰਘ ਜੀ 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 ਜੀ ਜਿਨਕੇ ਚੋਲੇ ਰਤੜੇ ਪਿਆਰੇ ਜਿਨਕੇ ਚੋਲੇ ਰਤੜੇ ਪਿਆਰੇ ਜਿਨਕੇ ਚੋਲੇ ਰਤੜੇ ਪਿਆਰੇ ਜਿਨਕੇ ਚੋਲੇ ਰਤੜੇ ਪਿਆਰੇ ਧੰਨ ਬਾਬਾ ਦੀਪ ਸਿੰਘ ਜੀ ਧੰਨ ਬਾਬਾ ਦੀਪ ਸਿੰਘ ਜੀ ਧੰਨ ਬਾਬਾ ਦੀਪ ਸਿੰਘ ਜੀ ਧੰਨ ਬਾਬਾ ਦੀਪ ਸਿੰਘ ਧੰਨ ਧੰਨ ਬਾਬਾ ਦੀਪ ਸਿੰਘ ਜੀ 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 ਜਿਨਕੇ ਚੋਲੇ ਰਤੜੇ ਪਿਆਰੇ ਜਿਨਕੇ ਚੋਲੇ ਰਤੜੇ ਪਿਆਰੇ ਕੰਤ ਤਿਨਾ ਕੇ ਪਾਸ ਕੰਤ ਤਿਨਾ ਕੇ ਪਾਸ
ਕਰੋਗੇ ਕਿਰਪਾ ਮੇਰੇ ਤੋਂ ਬਾਅਦ ਵੀਰ ਫਿਰ ਭੈਣਾ ਅਰਦਾਸ ਵਿੱਚ ਰੋਜ਼ ਮੰਗਦੇ ਹੋ ਮੰਗ ਲਿਓ ਔਰ ਮੇਰੀ ਨਿਮਰਤਾ ਸਹਿਤ ਬੇਨਤੀ ਜਿੱਥੇ ਜਿੱਥੇ ਜਗ੍ਹਾ ਮਿਲੇ ਸਜਣ ਦਾ ਯਤਨ ਕਰਿਓ ਅੰਦਰ ਹੁਣ ਕਿਤੇ ਵੀ ਬਹਿਣ ਦੀ ਜਗ੍ਹਾ ਨਹੀਂ ਉੱਤੇ ਗੈਲਰੀ 'ਚ ਵੀ ਥੋੜ੍ਹੀ ਬਹੁਤ ਜੇ ਜਗ੍ਹਾ ਹੈ ਉੱਤੇ ਸਾਜੋ ਬਾਹਰ ਐੱਲ ਈ ਡੀ ਦਾ ਵੱਡਾ ਪ੍ਰਬੰਧ ਕੀਤਾ ਪ੍ਰੋਜੈਕਟਰ ਲੱਗਾ ਹੈ ਉੱਥੇ ਸਾਜੋ ਜੇ ਕਿਤੇ ਵੀ ਜਗ੍ਹਾ ਨਾ ਮਿਲੇ ਤੇ ਗੋਡੇ ਠਾਕ ਕੇ ਸੰਗਤ ਨੂੰ ਬਹਾ ਲੈਣਾ ਆਖੋ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਗੋਡੇ ਠਾਕ ਕੇ ਸੰਗਤ ਨੂੰ ਬਹਾ ਲੈਣਾ ਗੁਰੂ ਦੀਆਂ ਸੰਗਤ ਦੀਆਂ ਸੀਸਾਂ ਲੈਣੀਆਂ ਇਹ ਮੇਰੀ ਬੇਨਤੀ ਹੈ ਜਿੱਥੇ ਵੀ ਜਗ੍ਹਾ ਮਿਲੇ ਲਾਹਾ ਲੈਣਾ ਅਰਦਾਸ ਵਿੱਚ ਰੋਜ਼ ਮੰਗਦੇ ਹਾਂ ਆਓ ਮੰਗਿਓ ਪਿਆਰ ਵਿੱਚ ਗਰੀਬ ਨਿਵਾਜ ਕਿਰਪਾ ਕਰ ਜਿੱਤਿਆ ਮੈਂ ਤੇਰਾ ਨਾਮ ਜਿੱਤ
ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ, ਸਾਰੇ ਵੱਜ ਕੇ ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ, ਧੰਨ ਬਾਬਾ ਦੀਪ ਸਿੰਘ ਜੀ, ਧੰਨ ਬਾਬਾ ਦੀਪ ਸਿੰਘ ਜੀ, ਧੰਨ ਬਾਬਾ ਦੀਪ ਸਿੰਘ, ਧੰਨ 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 ਬਾਬਾ ਦੀਪ ਸਿੰਘ ਜੀ, 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 ਧੰਨ 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 ਬਾਬਾ ਦੀਪ ਸਿੰਘ ਜੀ, 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 ਧੰਨ 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 ਬਾਬਾ ਬਾਬਾ, ਧੰਨ ਧੰਨ ਬਾਬਾ ਬਾਬਾ, ਧੰਨ ਧੰਨ ਬਾਬਾ ਦੀਪ ਸਿੰਘ ਜੀ, ਧੰਨ ਧੰਨ ਬਾਬਾ ਦੀਪ ਸਿੰਘ ਜੀ, ਧੰਨ ਧੰਨ ਬਾਬਾ ਦੀਪ ਸਿੰਘ ਜੀ, ਧੰਨ ਧੰਨ ਬਾਬਾ ਦੀਪ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ, ਸਤਸੰਗ ਜੀ। ਜਦੋਂ ਵੀ ਅੰਮ੍ਰਿਤਸਰ ਸਾਹਿਬ ਆਓ, ਜਿੰਨੀ ਵਾਰੀ ਵੀ ਆਓ, ਇੱਕ ਵਾਰੀ ਜ਼ਰੂਰ ਬਾਬਾ ਦੀਪ ਸਿੰਘ ਚੈਰੀਟੇਬਲ ਟਰੱਸਟ ਦਾਤਾਬੰਦੀ ਛੋੜ ਪਬਲਿਕ ਸਕੂਲ ਰਾਮ ਤੀਰਥ ਰੋਡ ਵਿਖੇ ਚਰਨ ਪਾ ਕੇ ਜਾਓ ਔਰ ਆਪਣੀਆਂ ਅੱਖਾਂ ਦੇ ਨਾਲ ਆ ਕੇ ਵੇਖੋ ਕਿਵੇਂ ਇੱਥੇ ਸੇਵਾਵਾਂ ਦਾ ਕੁੰਭ ਚੱਲ ਰਿਹਾ। ਇੱਥੇ ਪਿਆਰਿਓ ਦਾਤਾਬੰਦੀ ਛੋੜ ਪਬਲਿਕ ਸਕੂਲ ਚੱਲ ਰਿਹਾ, ਜਿਸ ਸਕੂਲ ਦੇ ਵਿੱਚ ਬੱਚਿਆਂ ਨੂੰ ਦੋਵੇਂ ਤਰ੍ਹਾਂ ਦੀ ਪੜ੍ਹਾਈ, ਗੁਰਮਤਿ ਦੀ ਪੜ੍ਹਾਈ ਵੀ ਔਰ ਦੁਨਿਆਵੀ ਪੜ੍ਹਾਈ ਵੀ ਕਰਵਾਈ ਜਾ ਰਹੀ। CBSE ਸਕੂਲ ਹੈ ਔਰ ਬਿਲਕੁਲ ਨੋਰਮਲ ਜੀਆਂ ਫੀਸਾਂ ਬੱਚਿਆਂ ਕੋਲੋਂ ਲਈਆਂ ਜਾਂਦੀਆਂ ਨੇ। ਇਸ ਤੋਂ ਇਲਾਵਾ ਇਸ ਜਗ੍ਹਾ ਦੇ ਉੱਤੇ ਬਾਬਾ ਦੀਪ ਸਿੰਘ ਹੈਲਥ ਕੇਅਰ ਚੈਰੀਟੇਬਲ ਹਸਪਤਾਲ ਚੱਲ ਰਿਹਾ, ਜਿਸ ਹਸਪਤਾਲ ਦੇ ਵਿੱਚ 20 ਰੁਪਏ ਦੀ ਪਰਚੀ ਦੇ ਵਿੱਚ 2 ਦਿਨ ਦੀ ਦਵਾਈ ਔਰ ਜਿੰਨੇ ਵੀ ਇਲਾਜ ਨੇ ਇੱਕੋ ਛੱਤ ਥੱਲੇ ਹੋ ਰਹੇ ਨੇ। ਦੰਦਾਂ ਦੇ ਇਲਾਜ, ਅੱਖਾਂ ਦੇ ਇਲਾਜ, ਅਲਟਰਾਸਾਊਂਡ, ਐਕਸਰੇ ਔਰ ਇਸ ਤੋਂ ਇਲਾਵਾ ਬੱਚਿਆਂ ਦੇ ਸਪੈਸ਼ਲਿਸਟ ਡਾਕਟਰ ਇੱਥੇ ਬੈਠਦੇ ਨੇ, ਸਕਿਨ ਦੇ ਸਪੈਸ਼ਲਿਸਟ ਡਾਕਟਰ ਇੱਥੇ ਬੈਠਦੇ ਨੇ ਔਰ ਜਿੰਨੇ ਵੀ ਇਲਾਜ ਨੇ ਇੱਕੋ ਛੱਤ ਦੇ ਥੱਲੇ ਬਿਲਕੁਲ ਲਾਗਤ ਮੁੱਲ ਦੇ ਨਾਲ ਹੋ ਰਹੇ। ਔਰ ਆਪਣੀਆਂ ਅੱਖਾਂ ਨਾਲ ਆ ਕੇ ਵੇਖੋ ਕਿਵੇਂ ਤੁਹਾਡੇ ਕਿਣਕੇ ਕਿਣਕੇ ਦੇ ਨਾਲ ਗੁਰੂ ਬਾਬਾ ਨਾਨਕ ਜੀ ਦੀ ਰਸੋਈ ਚੱਲ ਰਹੀ, ਜਿਸ ਰਸੋਈ ਦੇ ਰਾਹੀਂ ਤਕਰੀਬਨ 2500 ਤੋਂ ਵੀ ਵੱਧ ਪ੍ਰੇਮੀ ਰੋਜ਼ ਪ੍ਰਸ਼ਾਦਾ ਛਕਦੇ ਨੇ। ਇਸ ਤੋਂ ਇਲਾਵਾ ਗੁਰੂ ਬਾਬਾ ਨਾਨਕ ਜੀ ਦੀ ਚੱਲਦੀ ਫਿਰਦੀ ਰਸੋਈ, ਜਿਸ ਰਸੋਈ ਦੇ ਰਾਹੀਂ ਰੋਜ਼ਾਨਾ ਕਦੀ ਕਿਤੇ ਜਿੱਥੇ ਜਿੱਥੇ ਵੀ ਲੋੜ ਹੁੰਦੀ ਹੈ ਉਸ ਗੱਡੀ ਦੇ ਰਾਹੀਂ ਪ੍ਰਸ਼ਾਦਾ ਪਾਣੀ ਤਿਆਰ ਕਰਕੇ ਲੋੜਵੰਦ ਥਾਵਾਂ 'ਤੇ ਪਹੁੰਚਾਇਆ ਜਾਂਦਾ ਹੈ। ਇਸੇ ਸਥਾਨ ਦੇ ਉੱਤੇ ਬਾਬਾ ਦੀਪ ਸਿੰਘ ਫ੍ਰੀ ਟਿਫਨ ਸੇਵਾ ਚੱਲ ਰਹੀ, ਜਿਸ ਸੇਵਾ ਦੇ ਰਾਹੀਂ ਉਹ ਬਜ਼ੁਰਗ ਜਿਨ੍ਹਾਂ ਬਜ਼ੁਰਗਾਂ ਨੂੰ ਬੱਚਿਆਂ ਨੇ ਘਰੋਂ ਕੱਢ ਦਿੱਤਾ, ਅਸੀਂ ਜਿਹੜੇ ਸੁਣਦੇ ਹਾਂ ਰੋਜ਼, ਅਸੀਂ ਇਹੋ ਜਿਹੀ ਗਲਤੀ ਨਹੀਂ ਕਰਨੀ, ਪਰ ਜਿਨ੍ਹਾਂ ਨੇ ਅਣਜਾਣ ਪੁਣੇ ਦੇ ਵਿੱਚ ਇਹ ਗਲਤੀ ਕੀਤੀ, ਆਪਣੇ ਬਜ਼ੁਰਗਾਂ ਨੂੰ ਘਰੋਂ ਕੱਢ ਦਿੱਤਾ, ਪਿਆਰੇ ਉਹ ਖਾਣ ਨੂੰ ਉਹਨਾਂ ਦੇ ਕੋਲ ਕੁਝ ਨਹੀਂ, ਇੱਥੋਂ ਤੱਕ ਛੱਤ ਵੀ ਨਹੀਂ ਕਈਆਂ ਦੇ ਕੋਲ, ਉਹਨਾਂ ਦੇ ਘਰਾਂ ਦੇ ਵਿੱਚ ਦੁਪਹਿਰ ਦੇ ਵੇਲੇ ਟਿਫਨ ਵਿੱਚ ਪੈਕ ਕਰਕੇ 2 ਵੇਲੇ ਦਾ ਲੰਗਰ ਰੋਜ਼ ਪਹੁੰਚਾਇਆ ਜਾਂਦਾ ਔਰ ਤੁਹਾਡੇ ਦਿੱਤੇ ਦਸਵੰਧ ਦੇ ਨਾਲ ਪਿਆਰੇ ਉਹ ਹਰ ਮਹੀਨੇ ਵਿਧਵਾ ਬੀਬੀਆਂ ਨੂੰ ਫ੍ਰੀ ਰਾਸ਼ਨ ਦੇਣ ਦੀ ਸੇਵਾ ਵੀ ਹੁੰਦੀ। ਔਰ ਇਸੇ ਸਥਾਨ ਦੇ ਉੱਤੇ ਬਾਬਾ ਦੀਪ ਸਿੰਘ ਜੀ ਗੁਰਮਤਿ ਗਿਆਨ ਸੰਗੀਤ ਅਕੈਡਮੀ ਚੱਲ ਰਹੀ, ਜਿਸ ਅਕੈਡਮੀ ਦੇ ਰਾਹੀਂ ਬੱਚਿਆਂ ਨੂੰ ਗੁਰਮਤਿ ਦੀ ਸਿੱਖਿਆ, ਤਬਲੇ ਦੀ ਸਿਖਲਾਈ, ਕੀਰਤਨ ਦੀ ਸਿਖਲਾਈ, ਗੁਰਬਾਣੀ ਦੀ ਸੰਥਿਆ, ਅੰਮ੍ਰਿਤ ਵੇਲਾ ਸੰਭਾਲਣਾ, ਸੰਧਿਆ ਦਾ ਸਮਾਂ ਸੰਭਾਲਣਾ, ਜੀਵਨ ਉੱਚਾ ਸੁੱਚਾ, ਕਿਰਦਾਰ ਉੱਚਾ ਸੁੱਚਾ ਕਿਵੇਂ ਕਰਨਾ, ਇਹ ਸਾਰੀ ਸਿੱਖਿਆ ਦਿੱਤੀ ਜਾਂਦੀ। ਔਰ ਇਸ ਤੋਂ ਇਲਾਵਾ ਜੋ ਤੁਸੀਂ ਕਿਣਕਾ ਦਿੰਦੇ ਹੋ, ਤੁਹਾਡੇ ਕਿਣਕੇ ਨਾਲ ਬਿਲਕੁਲ ਦੂਜਾ ਯੂਨਿਟ, ਬਿਲਕੁਲ ਨਾਲ ਹੀ ਰਾਮ ਤੀਰਥ ਰੋਡ ਦੇ ਬਿਲਕੁਲ ਨਾਲ ਹੀ ਦੂਸਰਾ ਯੂਨਿਟ ਜਿੱਥੇ ਜੀ ਦੇ ਆ ਪਰਵਾਨ ਪਾਰਕ ਦੀ ਉਸਾਰੀ ਚੱਲ ਰਹੀ, TV ਸਕਰੀਨ ਦੇ ਉੱਤੇ ਸਾਰੀਆਂ ਉਹ ਤਸਵੀਰਾਂ ਚੱਲ ਰਹੀਆਂ ਨੇ। ਇਹ ਜੀ ਦੇ ਆ ਪਰਵਾਨ ਪਾਰਕ ਦੇ ਵਿੱਚ ਜਿੱਥੇ ਪੰਛੀਆਂ ਨੂੰ ਦਾਣਾ ਪਾਉਣਾ, ਖਾਣਾ ਪਾਉਣਾ ਇਹ ਕੰਮ ਹੋਇਆ ਕਰੇਗਾ, ਉੱਥੇ ਬਿਮਾਰ ਪੰਛੀਆਂ ਦੇ ਇਲਾਜ ਦਾ ਹਸਪਤਾਲ ਵੀ। ਇਸੇ ਜਗ੍ਹਾ ਦੇ ਉੱਤੇ ਸਰਾਂ ਦੀ ਉਸਾਰੀ, ਕਿ ਜਦੋਂ ਵੀ ਸੰਗਤਾਂ
ਬਾਹਰੋਂ ਆਉਣ, ਦਰਸ਼ਨ ਕਰਨ ਗੁਰੂ ਰਾਮਦਾਸ ਜੀ ਦੇ ਘਰ ਦੇ, ਬਾਬਾ ਦੀਪ ਸਿੰਘ ਜੀ ਦੇ ਘਰ ਦੇ, ਅਤੇ ਸੰਗਤਾਂ ਇੱਥੇ ਆ ਕੇ ਰਿਹਾਇਸ਼ ਕਰਨ। ਸਟੇਸ਼ਨ ਤੋਂ, ਏਅਰਪੋਰਟ ਤੋਂ ਸੰਗਤਾਂ ਦੇ ਆਉਣ ਵਾਸਤੇ ਇੱਥੇ ਗੱਡੀਆਂ ਦਾ ਵੀ ਪ੍ਰਬੰਧ ਹੋ ਜਾਏਗਾ, ਜੋ ਗੱਡੀਆਂ ਤੁਹਾਨੂੰ ਬਾਅਦ ਵਿੱਚ ਦਰਬਾਰ ਸਾਹਿਬ ਦਰਸ਼ਨ ਕਰਾ ਕੇ ਫਿਰ ਇੱਥੇ ਲੈ ਆਇਆ ਕਰਨਗੀਆਂ। ਇਹ ਸਰਾਮ ਹੀ ਬਣ ਗਈ। ਇਸ ਤੋਂ ਇਲਾਵਾ ਇਸੇ ਅਸਥਾਨ 'ਤੇ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਨਾਮ ਦਾ ਵੱਡਾ ਗੁਰੂ ਘਰ ਗੁਰਦੁਆਰਾ ਸਾਹਿਬ ਵੀ, ਔਰ ਵੱਡਾ ਦੀਵਾਨ ਹਾਲ, ਜਿਸ ਦੀਵਾਨ ਹਾਲ ਦੇ ਵਿੱਚ 8 ਤੋਂ 10 ਹਜ਼ਾਰ ਸੰਗਤ ਦੇ ਪ੍ਰੇਮੀ ਬਹਿ ਸਕਣ, ਐਡਾ ਵਿਸ਼ਾਲ ਦੀਵਾਨ ਹਾਲ, ਉਹਦੀ ਵੀ ਕਾਰ ਸੇਵਾ ਪ੍ਰਾਰੰਭ ਹੋ ਚੁੱਕੀ ਹੈ। ਹੁਣ ਮੇਰੀ ਨਿਮਰਤਾ ਸਹਿਤ ਬੇਨਤੀ ਸੁਣਿਓ, ਇਹ ਜਿੰਨੀ ਵੀ ਕਾਰ ਸੇਵਾ ਚੱਲ ਰਹੀ ਹੈ, ਇਹ ਹੋਰ ਤੁਹਾਡੇ ਕਿਣਕੇ ਕਿਣਕੇ ਨਾਲ, ਦਸਵੰਧ ਦੇ ਨਾਲ ਰਹੀ ਹੈ। ਔਰ ਇਹ ਮੇਰੀ ਬੇਨਤੀ ਪਿਆਰਿਓ, ਕੋਈ ਵੀ ਪ੍ਰੇਮੀ, ਕਈਆਂ ਦੇ ਮਨ ਦੇ ਅੰਦਰ ਭਾਵਨਾ ਹੁੰਦੀ ਹੈ, ਸਾਡੇ ਬੱਚੇ ਦਾ ਜਨਮ ਦਿਨ ਜਾਂ ਸਾਡੀ ਮੈਰਿਜ ਐਨਵਰਸਰੀ ਹੈ, ਅਸੀਂ ਇੱਕ ਦਿਨ ਦੀ ਗੁਰੂ ਬਾਬਾ ਨਾਨਕ ਜੀ ਦੇ ਰਸੋਈ ਦੇ ਵਿੱਚ ਲੰਗਰ ਦੀ ਸੇਵਾ ਲੈਣੀ। ਔਰ ਇਸ ਤੋਂ ਇਲਾਵਾ ਜੇ ਤੁਹਾਡੇ ਮਨ ਦੇ ਵਿੱਚ ਇਹ ਉਤਸ਼ਾਹ ਜਾਗੇ ਕਿ ਅਸੀਂ ਜੋ ਬਜ਼ੁਰਗਾਂ ਦੇ ਲਈ ਟਿਫਨ ਦੀ ਸੇਵਾ ਹੁੰਦੀ ਹੈ, ਦੋ ਵੇਲੇ ਦਾ ਲੰਗਰ ਜਾਂਦਾ ਟਿਫਨ ਵਿੱਚ ਪੈਕ ਹੋ ਕੇ, ਕੋਈ ਮਹੀਨੇ ਦੀ ਸੇਵਾ ਕਰਨੀ ਚਾਹੇ ਇੱਕ ਪਰਿਵਾਰ ਦੀ, ਜੋ ਆਪ ਜੀ ਮਹੀਨੇ ਦੀ ਸੇਵਾ ਵੀ ਆਪਣੀ ਝੋਲੀ 'ਚ ਪਵਾ ਸਕਦੇ ਹੋ। ਇਸ ਤੋਂ ਇਲਾਵਾ ਜਿਹੜੇ ਹਰ ਐਤਵਾਰ ਅਤੇ ਐਤਵਾਰ ਚੁਪਹਿਰਾ ਜਪ ਤਪ ਸਮਾਗਮ ਹੁੰਦੇ ਨੇ, ਜਾਂ 27 ਤਰੀਕ ਨੂੰ ਚੁਪਹਿਰਾ ਹੁੰਦਾ, ਉਹਦੇ ਵਿੱਚ ਕੋਈ ਲੰਗਰਾਂ ਦੀ ਸੇਵਾ ਕਰਨੀ ਚਾਹੇ, ਅਤੇ ਇਸ ਤੋਂ ਇਲਾਵਾ ਪਿਆਰਿਓ, ਜੇ ਤੁਹਾਡੇ ਮਨ ਦੇ ਵਿੱਚ ਆਵੇ, ਇੱਥੇ ਸਹਿਜ ਪਾਠਾਂ ਦਾ ਪ੍ਰਵਾਹ ਵੀ ਦਿਨੇ ਰਾਤ ਚੱਲਦਾ, ਤੁਹਾਡੇ ਮਨ 'ਚ ਆਵੇ ਕਿ ਅਸੀਂ ਖੁਸ਼ੀ ਦੇ ਵਿੱਚ ਕੋਈ ਸਹਿਜ ਪਾਠ ਕਰਵਾਉਣਾ, ਅਤੇ ਸਹਿਜ ਪਾਠ ਵੀ ਇਸ ਅਸਥਾਨ 'ਤੇ ਅਸੀਂ ਜਿਹੜੇ ਪ੍ਰੇਮੀ ਨੇ ਉਹਨਾਂ ਦਾ ਕਰਦੇ ਹਾਂ, ਮੇਰੀ ਬੇਨਤੀ ਹੈ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓ। ਔਰ ਜਿਹੜਾ ਬਾਬਾ ਦੀਪ ਸਿੰਘ ਜੀ ਦਾ ਵੱਡਾ ਦੀਵਾਨ ਹਾਲ ਬਣ ਰਿਹਾ, ਮੈਂ ਬੇਨਤੀ ਕਰਦਾ ਆ ਰਿਹਾ ਕਿ 1 ਤੇਰੀ ਦੀ 2 ਤੇਰੀਆਂ ਦੀ 5 ਤੇਰੀਆਂ ਦੀ 1300, ਭਾਵੇਂ 10 ਤੇਰੀਆਂ 100 ਤੇਰੀਆਂ, ਜਿੰਨੀ ਗੁਰੂ ਨੇ ਤੁਹਾਨੂੰ ਵਿੱਤ ਦਿੱਤੀ ਹੈ ਨਾ, ਇਹ ਸਾਰੇ ਕਾਰਜ ਕਰੋੜਾਂ ਦੀ ਲਾਗਤ ਦੇ ਨਾਲ ਜੋ ਬਣ ਰਹੇ ਨੇ, ਅਤੇ ਇਹ ਉਦੋਂ ਹੀ ਪੋਸੀਬਲ ਨੇ ਸੇਵਾਵਾਂ ਜਦੋਂ ਤੁਸੀਂ ਪੂਰਾ ਸਹਿਯੋਗ ਦਿਓਗੇ, ਭਾਵੇਂ 1 ਤੇਰੀ 2 ਤੇਰੀਆਂ 50 ਤੇਰੀਆਂ 100 ਤੇਰੀਆਂ, ਜਿੰਨੀ ਗੁਰੂ ਨੇ ਤੁਹਾਨੂੰ ਵਿੱਤ ਦਿੱਤੀ। ਇਸ ਵੇਲੇ ਆਪ ਜੀ ਫਿਰ ਆਪਣਾ ਦਸਵੰਧ, ਕਿਉਂਕਿ ਕਈ ਵਾਰੀ ਅਸੀਂ ਦਸਵੰਧ ਇਹੋ ਜਿਹੀਆਂ ਥਾਵਾਂ 'ਤੇ ਭੇਜਦੇ ਹਾਂ ਪਿਆਰਿਓ, ਜਿੱਥੇ ਅੱਗੇ ਬੜੇ ਪ੍ਰਬੰਧ ਹੁੰਦੇ ਨੇ। ਅਸਲੀਅਤ ਦੇ ਵਿੱਚ ਦਸਵੰਧ ਦਿੱਤਾ ਉੱਥੇ ਥਾਂ ਪੈਂਦਾ ਜਿੱਥੇ ਸੱਚਮੁੱਚ ਲੋੜ ਹੈ। ਆਪਣੀਆਂ ਅੱਖਾਂ ਦੇ ਨਾਲ ਆ ਕੇ ਵੇਖੋ, ਔਰ ਤੁਹਾਨੂੰ ਬੜੀ ਤਸੱਲੀ ਹੋਏਗੀ ਜਦੋਂ ਵੇਖੋਗੇ ਸਾਡਾ ਦਿੱਤਾ ਕਿਣਕਾ ਕਿਣਕਾ ਸਹੀ ਟਿਕਾਣੇ ਲੱਗ ਰਿਹਾ, ਸਹੀ ਜਗ੍ਹਾ ਦੇ ਉੱਤੇ ਯੂਜ਼ ਹੋ ਰਿਹਾ। ਅਤੇ ਇਹ ਸਾਰੀਆਂ ਸੇਵਾਵਾਂ, ਤੁਸੀਂ TV ਸਕਰੀਨ ਦੇ ਉੱਤੇ ਅਕਾਊਂਟ ਡਿਟੇਲਾਂ ਚੱਲ ਰਹੀਆਂ ਨੇ, ਇਹਨਾਂ ਅਕਾਊਂਟਾਂ ਦੇ ਵਿੱਚ ਸੇਵਾ ਪਾ ਕੇ ਆਪ ਜੀ ਸਕਰੀਨ ਦੇ ਉੱਤੇ ਚੱਲ ਰਹੇ ਨੰਬਰਾਂ ਦੇ ਉੱਤੇ ਸੰਪਰਕ ਕਰ ਸਕਦੇ ਹੋ ਕਿ ਅਸੀਂ ਇੰਨੀ ਸੇਵਾ ਟਰੱਸਟ ਨੂੰ ਪਾਈ ਹੈ, ਤਾਂ ਜੋ ਤੁਹਾਨੂੰ ਸਮੇਂ ਸਿਰ ਰਸੀਦ ਔਰ ਸਤਿਕਾਰ ਜੋ ਅਸੀਂ ਭੇਜ ਸਕੀਏ। ਜ਼ਰੂਰੀ ਬੇਨਤੀ, ਵਿਦੇਸ਼ ਦੀਆਂ ਸੰਗਤਾਂ, ਇੰਡੀਆ ਤੋਂ ਬਾਹਰ ਦੀਆਂ ਸੰਗਤਾਂ, ਬਾਬਾ ਦੀਪ ਸਿੰਘ ਚੈਰੀਟੇਬਲ ਟਰੱਸਟ ਹੇਠ ਚੱਲ ਰਹੇ ਇਹਨਾਂ ਕਾਰਜਾਂ ਦੇ ਵਿੱਚ ਸਹਿਯੋਗ ਦਸਵੰਧ ਦੇਣ ਲਈ ਇਹਨਾਂ ਨੰਬਰਾਂ 'ਤੇ ਸੰਪਰਕ ਕਰ ਸਕਦੀਆਂ ਨੇ ਜੀ। ਆਪਣੀ ਸੇਵਾ ਤੁਸੀਂ ਸਾਨੂੰ ਗੂਗਲ ਪੇ, ਪੇਟੀਐਮ, ਫੋਨਪੇ ਵੀ ਕਰ ਸਕਦੇ, ਉਹ ਨੰਬਰ ਵੀ ਤੁਹਾਡੇ TV ਸਕਰੀਨ 'ਤੇ ਚੱਲ ਰਿਹਾ ਹੈ, 98150 99513 98150 89513। ਮੇਰੀ ਬੇਨਤੀ, ਹਰ ਪਲ, ਹਰ ਘੜੀ, ਹਰ ਇੱਕ ਕਦਮ ਦੇ ਉੱਤੇ ਤੁਹਾਡੀਆਂ ਸੀਸਾਂ ਦੀ, ਤੁਹਾਡੀ ਬਖਸ਼ੀਸ਼ ਦੀ ਲੋੜ ਹੈ। ਔਰ ਮੋਢੇ ਨਾਲ ਮੋਢਾ ਜੋੜ ਕੇ ਜਦੋਂ ਤੁਸੀਂ ਸਾਥ ਦਿਓਗੇ, ਜਿਹੜਾ ਸਾਡਾ ਮਿਸ਼ਨ ਹੈ, ਆਪ ਸਵਰੋ ਪਰਿਵਾਰ ਸਵਾਰੋ, ਸਮਾਜ ਆਪੇ ਹੀ ਸਵਰ ਜਾਏਗਾ।
ਔਰ ਜਿਹੜਾ ਦੂਜਾ ਮਿਸ਼ਨ ਕਿ ਘੱਟ ਤੋਂ ਘੱਟ 113 ਥਾਵਾਂ ਦੇ ਉੱਤੇ ਇਹ ਯੂਨਿਟ ਖੁੱਲ੍ਹਣ, ਇਹ ਮਿਸ਼ਨ ਵਿੱਚ ਅਸੀਂ ਕਾਮਯਾਬ ਹੋ ਜਾਵਾਂਗੇ। ਪਰ ਹੋਵਾਂਗੇ ਉਦੋਂ ਹੀ ਜਦੋਂ ਤੁਸੀਂ ਪੂਰਾ ਆਪਣੇ ਪਰਿਵਾਰਕ ਮੈਂਬਰਾਂ ਦੇ ਵਾਂਗ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓਗੇ, ਇਹ ਮੈਸੇਜ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਜੀ, ਤਾਂ ਜੋ ਇਹ ਸੇਵਾਵਾਂ ਦੇ ਕਾਰਜ ਨਿਰੰਤਰਤਾਈ ਦੇ ਨਾਲ ਜਾਰੀ ਰਹਿ ਸਕਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਤੇ ਇਹ ਨਵੀਂ ਚਿੱਪ ਆ ਗਈ ਜਿਹੜੇ ਲਾਈਵ ਤੁਸੀਂ ਵੇਖ ਰਹੇ ਹੋ, ਜਪਜੀ ਸਾਹਿਬ ਤੇ ਚੁਪਈ ਸਾਹਿਬ ਜੀ ਦਾ ਇਹਦੇ ਵਿੱਚ ਪਾਠ ਹੈ। ਨੰਬਰ 9875909004 9875909004। ਇਹ ਨੰਬਰ ਦੇ ਉੱਤੇ ਸੰਪਰਕ ਕਰਕੇ ਤੁਸੀਂ ਆਪੋ ਆਪਣੇ ਘਰਾਂ 'ਚ ਕੋਰੀਅਰ ਦੇ ਰਾਹੀਂ ਇਹ ਚਿੱਪ ਮੰਗਵਾ ਸਕਦੇ ਹੋ। ਪਹਿਲੀਆਂ ਵੀ ਚਿੱਪਾਂ ਨੇ ਸੁਖਮਨੀ ਸਾਹਿਬ ਜੀ ਦਾ ਪਾਠ, ਹੋਰ ਅੰਮ੍ਰਿਤ ਵੇਲੇ ਦੀਆਂ, ਨਾਲ ਧੰਨ ਗੁਰੂ ਰਾਮਦਾਸ ਮੈਂ ਤੇਰਾ, ਬਾਬਾ ਦੀਪ ਸਿੰਘ ਮੈਂ ਤੇਰਾ। ਸੰਗਤਾਂ ਆਪ ਜੀ ਆਪੋ ਆਪਣੇ ਘਰਾਂ ਵਿੱਚ ਲਾਓ ਅਤੇ ਹਰ ਵੇਲੇ ਇਹ ਵਾਈਬ੍ਰੇਸ਼ਨ ਬਣੀ ਰਹਿੰਦੀ ਸਿਮਰਨ ਦੀ, ਬੰਦਗੀ ਦੀ। ਇਸ ਤੋਂ ਇਲਾਵਾ ਇਹ ਪੈਨ ਡਰਾਈਵ ਹੈ, ਇਹ ਪੈਨ ਡਰਾਈਵ ਨਵੀਂ ਆਈ ਹੈ ਜਿਹਦੇ ਵਿੱਚ ਅੰਮ੍ਰਿਤ ਵੇਲੇ ਦੇ ਕੀਰਤਨ ਨੇ, ਹੋਰ ਵੀ 4-5 ਪਹਿਲੀਆਂ ਪੈਨ ਡਰਾਈਵਾਂ ਨੇ। ਜਿਹੜਾ ਵੀ ਕੋਈ ਪ੍ਰੇਮੀ ਮੰਗਵਾਉਣਾ ਚਾਹੁੰਦਾ ਹੋਵੇ, ਨੰਬਰ ਉਹੀ ਹੈ ਜੋ ਟੀਵੀ ਸਕਰੀਨ 'ਤੇ ਵੀ ਚੱਲ ਰਿਹਾ, ਭਾਵੇਂ ਉਹਨਾਂ ਨੰਬਰਾਂ 'ਤੇ ਸੰਪਰਕ ਕਰ ਲਿਓ, ਅਤੇ ਜਿਹੜਾ ਮੈਂ ਬੋਲਿਆ 9875909004 ਭਾਵੇਂ ਉਹਦੇ 'ਤੇ ਸੰਪਰਕ ਕਰ ਲਿਓ। ਇਹ ਕਿਤਾਬ ਕੁਦਰਤ ਕੇ ਸਭ ਬੰਦੇ ਚੌਥੀ ਕਿਤਾਬ ਦਾਸ ਵੱਲੋਂ ਲਿਖੀ ਹੋਈ, ਇਹ ਵੀ ਆਪ ਜੀ ਕੋਰੀਅਰ ਦੇ ਰਾਹੀਂ ਆਪੋ ਆਪਣੇ ਘਰਾਂ 'ਚ ਮੰਗਵਾ ਸਕਦੇ ਹੋ।